ਪੁਰਾਣੇ ਜ਼ਮਾਨੇ ਤੁਹਾਨੂੰ ਗੱਲ ਸੁਣਾਉਣ ਲੱਗਾ ਮੈਂ। ਅੱਛਾ ਪੁਰਾਣੇ ਜ਼ਮਾਨੇ ਤੁਹਾਨੂੰ। ਅੱਛਾ ਅੱਛਾ ਇੱਕ ਵਿਚਾਰੀ ਸੀ ਨਾ, ਬੁੱਢੀ ਸੀ ਇੱਕ ਵਿਚਾਰੀ ਬੁੱਢੀ, ਉਹਨੂੰ ਨਾ ਚੌਲ ਪਕਾਉਣ ਦਾ ਨਹੀਂ ਪਤਾ। ਅੱਛਾ ਬਾਲਣ ਦਾ ਬਾਜੀ ਮੈਨੂੰ ਚੌਲ ਬਾਲਣਾ ਤੇ ਦੱਸ। ਉਹਨੇ ਕਿਹਾ ਤੂੰ ਨਾ ਚੌਲ ਲੈ ਕੇ ਨਾ ਥੋੜੇ ਜਿੰਨੇ ਕੁ ਤੁਸੀਂ ਖਾਣੇ ਨੇ ਜਿੰਨੇ ਕੁ ਸੌਖੇ ਖਾਧੇ ਜਾਣ, ਉਹਨੇ ਕੁ ਚੌਲ ਪਾ, ਉਹਨੇ ਕੁ ਚੌਲ ਪਾ ਕੇ ਪਾਣੀ ਪਾਈ ਚੌਲ ਡੁੱਬ ਜਾਣ, ਥੋੜਾ ਉੱਤੇ ਹੀ ਪਾਣੀ ਪਾਉਣ ਤੇ ਥੱਲੇ ਅੱਗ ਬਾਲ ਦੇ। ਉਹਨੇ ਕਿਹਾ ਪਤਾ, ਉਹਨੇ ਕਿਹਾ ਪਤਾ, ਉਹਨੇ ਕਿਹਾ ਚੌਲ ਲੈਣੀ ਜਿੰਨੇ ਖਾਣੇ ਨੇ ਕਿਹਾ ਮੈਨੂੰ ਪਤਾ। ਉਹਨੇ ਕਿਹਾ ਤੂੰ ਪਾਣੀ ਵਿੱਚ ਉਹਨਾਂ ਕੋ ਪੈਣ ਕਿਹਾ ਵੀ ਮੈਨੂੰ ਪਤਾ। ਉਹਨੇ ਕਿਹਾ ਥੱਲੇ ਅੱਗ ਬਾਲੀ ਬਾਬਾ ਜਦੋਂ ਪਤਾ ਵੀ ਹੋ ਗਏ ਨੇ ਉਦੋਂ ਲਾਹ ਕੇ, ਉਹਨੇ ਕਿਹਾ ਮੈਨੂੰ ਪਤਾ। ਉਹਨੇ ਕਿਹਾ ਉਦੋਂ ਲਾਹ ਕੇ ਪਾਣੀ ਲਾ ਲਈ, ਉਹਨੇ ਕਿਹਾ ਵੀ ਮੈਨੂੰ ਪਤਾ। ਉਹਨੇ ਕਿਹਾ ਬਾਅਦ 'ਚ ਪਾਈ ਪਲੇਟ 'ਚ ਪਾਈ, ਉਹਨੇ ਕਿਹਾ ਮੈਨੂੰ ਪਤਾ। ਉਹਨੇ ਕਿਹਾ ਘਿਓ ਲਾਈ ਨਾ ਪਹਿਲੋਂ ਥੋੜਾ ਜਿਹਾ ਘਿਓ ਘਿਓ ਲਾ ਕੇ, ਉਹਨੇ ਕਿਹਾ ਮੈਨੂੰ ਪਤਾ। ਉਹਨੇ ਕਿਹਾ ਬਾਅਦ 'ਚ ਭਾਵੇਂ ਪਰਾਤ 'ਚ ਪਾ ਲਈ, ਉਹਨੇ ਕਿਹਾ ਮੈਨੂੰ ਪਤਾ। ਉਹਨੇ ਕਿਹਾ ਬਾਅਦ 'ਚ ਨਾ ਪਲੇਟ 'ਚ ਪਾਈ, ਉਹਨੇ ਕਿਹਾ ਮੈਨੂੰ ਪਤਾ ਪਤਾ। ਉਹਨੇ ਕਿਹਾ ਬਾਅਦ 'ਚ ਤਾਂ ਚੀਨੀ ਤੋੜ ਦੀ, ਉਹਨੇ ਕਿਹਾ ਵੀ ਮੈਨੂੰ ਪਤਾ। ਉਹਨੇ ਕਿਹਾ ਬਾਅਦ 'ਚ ਦੁੱਧ ਪਾਉਣਾ ਦੁੱਧ ਪਾ ਲਈ, ਉਹਨੇ ਕਿਹਾ ਵੀ ਮੈਨੂੰ ਪਤਾ। ਉਹਨੇ ਕਿਹਾ ਬਾਅਦ 'ਚ ਇੰਨੀ ਕੁ ਸਵਾਹ ਲੈ ਕੇ ਨਾ ਗੋਹੇ ਦੀ ਉਹ ਚੰਗੀ ਤਰ੍ਹਾਂ ਛਾਣ ਕੇ ਤੇ ਉਹ ਪਾ ਦੇ। ਉਹਨੇ ਕਿਹਾ ਵੀ ਮੈਨੂੰ ਪਤਾ। ਚੱਲ ਪਲਤੀਫਾ ਕੋਈ ਸੁਣਾ ਯਾਰ, ਮਰਾਸੀ ਵਾਲਾ ਨੀ ਹੁੰਦਾ। ਹਾਂ ਮਰਾਸੀ ਵਾਲਾ ਸੁਣਾ, ਚੌਰੀ ਨੇ ਰੱਖ ਲਿਆ ਮਰਾਸੀ ਚੌਰੀ ਨੇ। ਅੱਛਾ ਮਰਾਸੀ ਗਿਆ, ਰੇਕ ਥੂ ਫਿਰਦਾ ਫਿਰਾਉਂਦਾ, ਰੇਕ ਕਿੱਥੇ ਕੋਈ ਦੋ ਢਾਈ ਸਾਲ ਹੀ ਲੰਘ ਗਏ, ਬਹੁਤੀ ਦੇਰ ਲੰਘ ਗਈ। ਬੀ ਲੈ ਕੇ ਮੁੜ ਗਿਆ, ਦੋ ਢਾਈ ਸਾਲਾਂ ਬਾਅਦ ਮੁੜਿਆ ਬੀ ਲੈ ਕੇ, ਖਾਲਾ ਹੀ ਟੱਪਣ ਲੱਗਾ ਤੇ ਡਿੱਗ ਪਿਆ। ਚੌਰੀਆਂ ਦੇ ਕਾਲੀਆਂ ਵਾਲੇ।